ਤਾਂ ਹਾਂ ਜੀ ਸਾਥ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਆਗਤ ਕੀਤਾ ਜਾਂਦਾ ਹੈ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹਾਂ ਜੀ ਦੋਸਤੋ ਪੰਜਾਬ ਚ ਸਕੂਲਾਂ ਨੂੰ ਬੰਦ ਕਰਨ ਲਈ ਬਹੁਤ ਹੀ ਵੱਡੀ ਅਪਡੇਟ ਜਿਹੜੀ ਨਿਕਲ ਕੇ ਆ ਰਹੀ ਹੈ ਹਾਂ ਜੀ ਦੋਸਤੋ ਸਕੂਲਾਂ ਨੂੰ ਬੰਦ ਕਰਨ ਲਈ ਬਹੁਤ ਹੀ ਵੱਡਾ ਫੈਸਲਾ ਲੈ ਲਿਆ ਗਿਆ ਹੈ ਕੀ ਹੈ ਫੈਸਲਾ ਦੱਸਾਂਗੇ ਵੀਡੀਓ ਵਿੱਚ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਔਲਤੇ ਪ੍ਰੈਸ ਜ਼ਰੂਰ ਕਰ ਲੈਣਾ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ क्या पढ़ाई में आपके आते हैं डाउट्स तो पाँच सेकंड में डाउटनट के साथ करो आउट बस अपने सवाल की फ़ोटो खींचो और क्रॉप करो और तुरंत वीडियो सोल्यूशन पाओ फिर चाहे आपका सवाल फिजिक्स केमिस्ट्री मैथ बायोलॉजी का हो सीबीएसई बोर्ड यूपी बिहार मध्य प्रदेश राजस्थान या अन्य स्टेट बोर्ड का है यहाँ तक कि कक्षा छःवीं से बारहवीं आई टी टी जई और नीट का सवाल हो सभी सवालों के वीडियो सोल्यूशन बस पाँच सेकंड में आपको मिलेंगे डाउटनेट ऐप पर इसके साथ ही doubtnet पर चल रही है एक दुनिया की नंबर वन डेली ऑनलाइन वीडियो क्लासेस वो भी इंग्लिश एंड हिंदी मीडियम में यहां पूरा कोर्स पढ़ाया जा रहा है तो आज ही जाकर इन कोर्स का हिस्सा बनिए और doubtnet ऐप इंस्टॉल कीजिए पंजाब च स्कूल बंदकरण संबंधी शिक्षा मंत्री सिंगला दा आया बड़ा बयान जानो की क्या हां जी दोस्तों बने रहो वीडियो पेचे दस दियां सारी अपडेट ਪੰਜਾਬ ਦੇ ਸਕੂਲਾਂ 'ਚ ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਇਨਫੈਕਟਡ ਹੋਣ ਤੋਂ ਬਾਅਦ ਮਾਪੇ ਚਿੰਤਾ ਚ ਹਨ ਇਸ ਬਾਰੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਸਕੂਲ ਬੰਦ ਨਹੀਂ ਹੋਣਗੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਲੁਧਿਆਣਾ 'ਚ ਟੈਸਟਿੰਗ ਦੌਰਾਨ 20 ਬੱਚੇ ਪੋਜ਼ੀਟਿਵ ਆਏ ਸਨ ਪਰ ਬਾਕੀ ਜਗ੍ਹਾ ਕੋਈ ਕੇਸ ਨਹੀਂ ਸਾਹਮਣੇ ਆਇਆ ਹੈ ਸਕੂਲ ਚ 18 ਸਾਲ ਤੋਂ ਵੱਧ ਉਮਰ ਦਾ ਕੋਈ ਬੱਚਾ ਹੋਵੇਗਾ ਤਾਂ ਉਸ ਨੂੰ ਵੈਕਸੀਨ ਲਗਾਈ ਜਾਵੇਗੀ ਸਿੱਖਿਆ ਵਿਭਾਗ ਲਗਾਤਾਰ ਡੀਸੀ ਦੇ ਨਾਲ ਸੰਪਰਕ ਚ ਹੈ ਡੀਸੀ ਜੀ ਨੇ ਲਗਾਤਾਰ ਸਕੂਲਾਂ ਤੇ ਨਜ਼ਰ ਬਣਾਈ ਹੋਈ ਹੈ ਜੇਕਰ ਜ਼ਿਆਦਾ ਕੇਸ ਸਾਹਮਣੇ ਆਉਂਦੇ ਹਨ ਤਾਂ ਸਕੂਲ ਬੰਦ ਕਰਨ ਤੇ ਵਿਚਾਰ ਕੀਤਾ ਜਾ ਸਕਦਾ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਨੇ 26 ਜੁਲਾਈ ਨੂੰ 10ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲਾਂ ਨੂੰ ਆਫਲਾਈਨ ਕਲਾਸਿਸ ਲਈ ਖੋਲ੍ਹ ਦਿੱਤਾ ਸੀ ਬਾਅਦ ਵਿੱਚ 2 ਅਗਸਤ ਤੋਂ ਬਾਕੀ ਸਕੂਲ ਵੀ ਖੋਲ੍ਹ ਦਿੱਤੇ ਗੇ ਸਨ ਕਰੀਬ 10 ਦਿਨਾਂ ਪਹਿਲਾਂ ਲੁਧਿਆਣਾ ਦੇ ਦੋ ਸਰਕਾਰ ਸਰਕਾਰੀ ਸਕੂਲਾਂ 'ਚ ਬੱਚੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਕ 'ਚ ਹੜਮ ਕਪ ਮੱਚ ਗਈ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਦੇਵਾਲ 'ਚ ਇੱਕੋ ਜਮਾਤ ਦੇ 8 ਵਿਦਿਆਰਥੀ ਕਰੋਨਾ ਪੋਜ਼ਿਟਿਵ ਨਿਕਲੇ ਸਨ ਸਰਕਾਰੀ ਹਾਈ ਸਕੂਲ ਕੈਲਾਸ਼ਨਗਰ ਦੇ 12 ਵਿਦਿਆਰਥੀ ਪੋਜ਼ਿਟਿਵ ਮਿਲੇ ਇਸ ਤੋਂ ਬਾਅਦ ਪੈਰੈਂਟਸ ਦੁਬਾਰਾ ਚਿੰਤਤ ਹੋਣ ਲੱਗੇ ਸਨ ਕਿ ਸਕੂਲ ਖੁੱਲ੍ਹੇ ਰਹਿਣਗੇ ਜਾਂ ਫਿਰ ਬੰਦ ਹੋ ਜਾਣਗੇ ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਨੇ ਉਹਨਾਂ ਦਾ ਖਦ사 ਦੂਰ ਕਰਦੇ ਹੋਏ ਸਪਸ਼ਟ ਕੀਤਾ ਕਿ ਫਿਲਹਾਲ ਸਕੂਲ ਬੰਦ ਨਹੀਂ ਹੋਣ ਵਾਲੇ ਹਨ ਸੂਬੇ 'ਚ ਬੁੱਧਵਾਰ ਨੂੰ ਕਰੋਨਾ ਇਨਫੈਕਸ਼ਨ ਦੇ 107 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਇਹ ਗਿਣਤੀ ਘਟੀ 24 ਘੰਟਿਆਂ ਦੌਰਾਨ 78 ਨਵੇਂ ਮਾਮਲੇ ਸਾਹਮਣੇ ਆਏ ਤੇ ਇੱਕ ਕਰੋਨਾ ਮਰੀਜ਼ ਦੀ ਮੌਤ ਹੋਈ ਬਠਿੰਡਾ ਦੇ ਸਰਕਾਰੀ ਸਕੂਲ ਦਾ ਇੱਕ ਅਧਿਆਪਕ ਤੇ ਪੰਜ ਵਿਦਿਆਰਥੀ ਤੇ ਬਨੂੜ ਦੇ ਤਿੰਨ ਵਿਦਿਆਰਥੀ ਦੀ ਕਰੋਨਾ ਰਿਪੋਰਟ ਰੀਪੋਰਟ ਪੋਜ਼ਿਟਿਵ ਆਈ ਬਠਿੰਡਾ ਵਿੱਚ ਹੀ ਸਭ ਤੋਂ ਵੱਧ 13 ਨਵੇਂ ਮਾਮਲੇ ਸਾਹਮਣੇ ਆਏ ਹਨ ਤਾਂ ਹਾਂਜੀ ਦੋਸਤੋ ਐਸਆਈ ਦੀ ਅਪਡੇਟ ਸਕੂਲਾਂ ਨੂੰ ਬੰਦ ਕਰਨ ਲਈ ਹਜੇ ਤੱਕ ਕੋਈ ਵੀ ਐਸਆਈ ਅਪਡੇਟ ਨਹੀਂ ਆਈ ਹੈਗੀ ਜੀ ਤੁਹਾਡੀ ਕੀ رائے ਹੈ ਕਿ ਸਕੂਲ ਬੰਦ ਹੋਣੇ ਚਾਹੀਦੇ ਹਨ ਜਾਂ ਨਹੀਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦਿਆ ਕਿਸੇ ਹੋਰ ਵੀਡੀਓ ਵਿੱਚ